ਹਾਂਜੀ ਕਿਸਾਨ ਵੀਰੋ, ਸਭ ਦਾ ਸਵਾਗਤ ਹੈ ਜੀ ਚੈਨਲ PTC ਲਾਈਵ 'ਤੇ। ਅਤੇ ਦੋਸਤੋ, ਇਹ ਹੈਗੀ ਹੈ ਬੀਜ ਦੀ ਸਾਫ ਸਫਾਈ ਕਰਨ ਵਾਲੀ ਮਸ਼ੀਨ, ਅਤੇ ਆਪਾਂ ਥੋੜ੍ਹੀ ਜਿਹੀ ਵਧੇਰੇ ਜਾਣਕਾਰੀ ਲੈ ਰਹੇ ਹਾਂ। ਵੀਰ ਅਮਰਜੀਤ ਖੈਰ ਆਪਣੇ ਨਾਲ ਖੜ੍ਹੇ ਨੇ ਜੀ, ਅਤੇ ਅਮਰਜੀਤ ਜੀ ਸਵਾਗਤ ਹੈ। ਅਤੇ ਥੋੜ੍ਹੇ ਬੀਜ ਵਾਲੀ ਮਸ਼ੀਨ ਵਾਸਤੇ ਦਿਓ ਜੀ ਜਾਣਕਾਰੀ ਕਿਸਾਨ ਵੀਰਾਂ। ਹਾਂਜੀ ਬਿਰਕ ਸਾਹਿਬ, ਇਹਦੇ ਵਿੱਚ ਕਿਹਾ ਹੈ ਕਿ ਇਹ ਇੱਕ ਸੀਡ ਗਰੀਡਰ ਮਸ਼ੀਨ ਹੈਗੀ ਆ, ਅਤੇ ਇਹ ਆਟੋਮੈਟਿਕ ਮਸ਼ੀਨ ਆ। ਜਿਵੇਂ ਕਿ ਇੱਥੋਂ ਦੀ ਆਪਾਂ ਕੋਈ ਵੀ ਅਨਾਜ ਇਹਦੇ ਵਿੱਚ ਪਾ ਸਕਦੇ ਹਾਂ, ਜਿਵੇਂ ਕਣਕ, ਜੀਰੀ, ਸਰ੍ਹੋਂ, ਬਰਸੀਨ, ਸਾਰੀਆਂ ਚੀਜ਼ਾਂ ਜਾਲੀ ਬਦਲ ਕੇ ਆਪਾਂ ਇਹਨੂੰ ਚਲਾ ਸਕਦੇ ਹਾਂ। ਉਸ ਤੋਂ ਬਾਅਦ ਇਹਨੇ ਜਿਹੜੀ ਹਵਾ ਹੈ ਗਰਦਾ ਉੱਪਰ ਦੀ ਕੱਢ ਦੇਣਾ ਹੁੰਦਾ, ਉਹਦੇ ਲਈ ਤੁਹਾਨੂੰ ਇੱਕ ਅਲੱਗ ਤੋਂ ਕਮਰਾ ਬਣਾਉਣਾ ਪਊ। ਸੈਕਿੰਡ, ਜਿਹੜਾ ਵੱਡਾ ਕਚਰਾ ਇਹਨੇ ਇੱਕ ਨੰਬਰ ਤੋਂ ਦੀ ਕੱਢ ਦੇਣਾ, ਟੋਪ ਸਕਰੀਨ ਦੇ ਉੱਪਰ ਦੀ, ਜਿਹੜਾ ਇੱਦਾਂ ਦਾ ਹੁੰਦਾ ਕੋਈ ਘੁੰਡੀ ਹੋ ਗਈ ਜਾਂ ਮੱਖੀ ਹੋ ਗਈ, ਇਹਨੇ ਉੱਪਰ ਦੀ ਕੱਢ ਦੇਣਾ। ਸੈਕਿੰਡ, ਅੰਡਰ ਸਾਈਜ਼ ਇੱਥੋਂ ਦੀ ਕੱਢ ਕੇ ਇਹਨੇ ਉਰੇ ਕੱਢ ਦੇਣਾ, ਜਿਹਦੇ ਵਿੱਚ ਕਿ ਚੌਲ ਵਗੈਰਾ ਹੁੰਦਾ ਜਾਂ ਫੱਕ ਹੁੰਦੀ ਆ, ਬਰੀਕ ਹੁੰਦੀ ਆ, ਜਾਂ ਜਿਹੜਾ ਹਲਕਾ ਦਾਣਾ ਹੈ ਜਿਹੜਾ ਨਹੀਂ ਉੱਗਣ ਵਾਲਾ ਆਪਾਂ ਨੂੰ ਲੱਗਦਾ, ਉਹ ਇਹਨੇ ਇੱਥੋਂ ਦੀ ਕੱਢ ਦੇਣਾ ਹੁੰਦਾ। ਇਹਦੇ ਵਿੱਚ ਚੌਲ ਹੁੰਦਾ ਪਰ ਪਤਲਾ ਹੁੰਦਾ, ਔਰ ਇਹਦਾ ਜਿਹੜਾ ਫਾਈਨਲ ਸੀਡ ਆ ਉਹ ਅੱਗੇ ਜਾ ਕੇ ਜਿਹੜਾ ਨਿਕਲ ਜਾਂਦਾ, ਜਿਹਦੇ ਵਿੱਚ ਕੋਈ ਕਚਰਾ ਜਾਂ ਹੋਰ ਕੁਛ ਵੀ ਨਹੀਂ ਹੁੰਦਾ, ਉਹ ਪੂਰਾ ਪ੍ਰੋਪਰ ਸਾਫ਼ ਬੀਜ ਜਿਹੜਾ ਹੋਊਗਾ ਉਹ ਨਿਕਲ ਜਾਂਦਾ। ਅਤੇ ਉਸ ਤੋਂ ਬਾਅਦ ਇਹਦੇ ਅੱਗੇ ਵੀ ਹੋਰ ਵੀ ਕਈ ਮਸ਼ੀਨਾਂ ਨੇ ਜੀ, ਜਿਵੇਂ ਗਰੇਡਰ ਆ, ਗਰੇਡਰ ਤੋਂ ਪਹਿਲਾਂ ਇੱਕ ਕਲੀਨਰ ਵੀ ਲੱਗ ਸਕਦਾ। ਗਰੇਡਰ ਦੇ ਅੱਗੇ ਇੱਕ ਗ੍ਰੈਵਟੀ ਹੁੰਦੀ ਆ, ਉਹ ਗ੍ਰੈਵਟੀ ਇੱਕ ਛਾਜਾ ਮਕੈਨੀਕਲ ਪੱਖੇ ਲੱਗੇ ਹੁੰਦੇ ਆ, ਉਹਦੇ ਉੱਪਰ ਉਹਨੇ ਛੰਡ ਦੇਣਾ ਹੁੰਦਾ, ਜੋ ਵੀ ਜਿਵੇਂ ਕਿ 0.1% ਰਹਿ ਜਾਂਦਾ ਇੱਦਾਂ ਦਾ ਉਹ ਵੀ ਉਹਨੇ ਕੱਢ ਦੇਣਾ ਹੁੰਦਾ। ਫਿਰ ਉਸ ਤੋਂ ਅੱਗੇ ਇੱਕ ਸਿਲੰਡਰ ਹੁੰਦਾ, ਉਹ ਵੀ ਆਪਾਂ ਲਾ ਸਕਦੇ ਹਾਂ, ਸਿਲੰਡਰ ਦੇ ਨਾਲ ਹੋਰ ਜ਼ਿਆਦਾ ਸੁਪਰ ਫਾਈਨ ਕੁਆਲਿਟੀ ਜਿਹੜੀ ਇਹਦੀ ਬਣ ਜਾਂਦੀ ਆ। ਅਤੇ ਔਰ ਇਹ ਚੀਜ਼ ਆ ਜਿਹੜੀ, ਇਹ ਇਕੱਲਾ ਮਕਸਦ ਇਹ ਨਹੀਂ ਹੈਗਾ ਕਿ ਆਪਾਂ ਇਹਨੂੰ ਬੀਜ ਵਾਲੀ ਲਾ ਸਕਦਾ, ਕੋਈ ਵੀ ਆਪਣਾ ਕਿਸਾਨ ਵੀਰ, ਕੋਆਪਰੇਟਿਵ ਸੁਸਾਇਟੀ, ਗੁਰਦੁਆਰਾ ਸਾਹਿਬ ਜਾਂ ਕੋਈ ਵੀ ਇੱਦਾਂ ਦੀ ਇੱਕ ਕਲੱਬ ਲਾ ਸਕਦੀ ਹੈ ਜਿਹੜੀ ਕਿ ਫਾਰਮਰ ਦਾ ਕੰਮ ਆਪਣਾ ਜਾਇਜ਼ ਕਿਰਾਇਆ ਰੱਖ ਕੇ ਇਹਨੂੰ ਉਹ ਪਿੰਡ ਦੇ ਵਿੱਚ ਆਪਣਾ ਬੀਜ ਸਾਫ਼ ਕਰਕੇ ਕਿਸਾਨਾਂ ਨੂੰ ਇੱਕ ਕਿਰਾਏ ਦੇ ਵਜੋਂ ਇਸ ਟੂਲ ਨੂੰ ਵਰਤ ਸਕਦੇ ਆ। ਸਿਰਫ ਇਹਦੀ ਜਾਲੀ ਬਦਲਣੀ ਪੈਣੀ ਹੈ, ਜਿਵੇਂ ਹੁਣ ਇਹ ਕਣਕ ਵਾਲੀ ਜਾਲੀ ਹੈਗੀ ਆ, ਇੱਕ ਟੋਪ 'ਤੇ ਉਹ ਥੋੜ੍ਹੀ ਵੱਡੀ ਹੁੰਦੀ ਆ, ਇਹਦੀਆਂ ਜਾਲੀਆਂ ਹੀ ਚੇਂਜ ਕਰਨੀ ਨੇ। ਆਲ ਕਰੋਪ ਇਹਦੇ ਨਾਲ ਆਪਾਂ ਜਿਹੜੀ ਆ ਉਹਦੀ ਕਲੀਨ ਕਰ ਸਕਦੇ ਹਾਂ, ਗਰੇਡਿੰਗ ਕਰ ਸਕਦੇ ਹਾਂ, ਜਿਹਦੇ ਨਾਲ ਕਰੋਪ ਦੀ ਕੁਆਲਿਟੀ ਤੁਹਾਡੀ ਪੂਰੀ ਵਧੀਆ ਬਣ ਜਾਂਦੀ। ਜਿਵੇਂ ਬਾਸਮਤੀ ਆਪਾਂ ਸਟੋਰ ਕਰਨੀ ਆ, ਕਚਰਾ ਕੱਢ ਕੇ ਉਹਨੂੰ ਸਟੋਰ ਕਰ ਲਓ, ਕਣਕ 'ਚੋਂ ਟੋਟਾ ਵਗੈਰਾ ਨਿਕਲ ਜਾਂਦਾ ਉਹਨੂੰ ਸਟੋਰ ਕਰ ਲਓ, ਸੁਸਰੀ ਘੱਟ ਲੱਗੂਗੀ। ਯਾਨੀ ਪਹਿਲਾਂ ਤਿੰਨ ਸਟੇਜਾਂ ਦੇ ਵਿੱਚ ਇੱਧਰ ਹੁੰਦੀ ਹੈ, ਤਿੰਨ ਸਟੇਜਾਂ ਇਹ ਹੈਗੀਆਂ ਨੇ ਸਰ। ਇੱਕ ਪਿੱਛੇ ਹੈਗੀ ਇਹਦੀ, ਜਿਹੜਾ ਗਰਦਾ ਉੱਪਰ ਦੀ ਇਹਨੇ ਉਡਾ ਦੇਣਾ ਹੁੰਦਾ, ਬਾਹਰ ਕੱਢ ਦੇਣਾ, ਉਹ ਲਿਖਿਆ ਜਿਵੇਂ ਆਹ ਟੋਪ ਸਕਰੀਨ ਰਿਮੂਵਲ, ਇਹਦੇ ਉੱਪਰ ਮੋਟਾ ਆ ਜਾਂਦਾ, ਉੱਥੋਂ ਦੀ ਅੰਡਰ ਸਾਈਜ਼ ਆ ਜਾਣਾ ਹੁੰਦਾ, ਅਤੇ ਉਹ ਅੱਗੇ ਫਿਰ ਉੱਪਰ ਲਾ ਗਿਆ ਜਿਹੜਾ ਲੇਅਰ। ਹਾਂਜੀ, ਜਿਹੜਾ ਹਲਕੇ ਵਜ਼ਨ ਦਾ ਦਾਣਾ ਉਰੋਂ ਦੀ ਨਿਕਲ ਜਾਂਦਾ, ਔਰ ਫੁੱਲ ਐਂਡ ਫਾਈਨਲ ਜਾ ਕੇ ਉੱਥੇ ਹੋ ਜਾਂਦਾ। ਇਸ ਤੋਂ ਕੀਮਤ ਕਿੰਨੀ ਕੁ ਸਰ? ਇਹਦੀ ਕੀਮਤ ਜਿਵੇਂ ਕਿ ਕੁਛ ਫਰਮਾਂ ਨੇ ਇਹਦਾ ਜਿਹੜਾ ਆਟੋਮੈਟਿਕ ਮਸ਼ੀਨ ਹੈ ਇਹ ਤਕਰੀਬਨ 1.5 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ, ਜਿਹਦੀ ਕਪੈਸਿਟੀ 1,80,000, 2,00,000, 2.5 ਲੱਖ ਤੱਕ ਆਟੋਮੈਟਿਕ ਨੇ ਜਿਹੜੀਆਂ, 1 ਟਨ ਦੇ ਕਰੀਬ 1 ਘੰਟੇ ਦੇ ਵਿੱਚ ਕਣਕ ਕੱਢ ਦਿੰਦੀਆਂ ਨੇ, ਕਲੀਨ ਕਰੀ ਹੋਈ ਆ ਜਿਹੜੀ। ਔਰ ਜਿਹੜੀ ਜਿਵੇਂ ਕਿ ਜੀਰੀ ਆ, ਜੀਰੀ ਥੋੜ੍ਹੀ ਘੱਟ ਕੱਢਦੀਆਂ ਨੇ। ਇੱਕ ਤੁਸੀਂ ਹੋਰ ਜਦੋਂ ਮੈਂ ਆਇਆ ਵਾਂ ਤੁਸੀਂ ਜ਼ਿਕਰ ਕਰ ਰਹੇ ਸੀ ਜਿਵੇਂ ਤੁਹਾਨੂੰ ਇਹਦੇ ਵਾਸਤੇ ਮੋਟੀਵੇਟ ਡਾਕਟਰ ਜਸਵਿੰਦਰ ਸਿੰਘ ਜੀ KVK ਰੌਣੀ ਵਾਲੇ। ਹਾਂਜੀ ਹਾਂ, ਇਹਦੇ ਬਾਰੇ ਸਾਨੂੰ ਜਿਵੇਂ KVK 'ਤੇ ਟ੍ਰੇਨਿੰਗਾਂ ਨੇ, ਜਿਵੇਂ ਡਾਕਟਰ ਜਸਵਿੰਦਰ ਸਿੰਘ ਜੀ ਡਾਇਰੈਕਟਰ KVK ਜਿਹੜੇ ਨੇ, ਉਹ ਇੱਦਾਂ ਦੀਆਂ ਟ੍ਰੇਨਿੰਗਾਂ ਦਿੰਦੇ ਰਹਿੰਦੇ ਨੇ ਕਿ ਇਸ ਨੂੰ ਆਪਾਂ ਮਸ਼ੀਨ ਨੂੰ ਇੱਕ ਸਹਾਇਕ ਧੰਦੇ ਦੇ ਤੌਰ 'ਤੇ ਆਪਾਂ ਲਾ ਸਕਦੇ। ਮੈਂ ਵੀ ਉਹਨਾਂ ਤੋਂ ਹੀ ਇਹਦੀ ਟ੍ਰੇਨਿੰਗ ਲਈ, ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿੱਥੋਂ ਮਿਲਦੀ ਆ, ਕੀ ਇਹਦਾ ਹਿਸਾਬ ਕਿਤਾਬ ਆ, ਉਹਨਾਂ ਦੀ ਗਾਈਡੈਂਸ ਦੇ ਹਿਸਾਬ ਨਾਲ ਹੀ ਇਹ ਅਸੀਂ ਜਿਹੜਾ ਸਾਰਾ ਕੰਮ ਸਟਾਰਟ ਕੀਤਾ। ਯਾਨੀ ਟ੍ਰੇਨਿੰਗ ਲੈ ਕੇ ਤੁਸੀਂ ਫਿਰ ਤੁਸੀਂ
ਉਹਨਾਂ ਤੋਂ ਟ੍ਰੇਨਿੰਗ ਲੈ ਸਕਦੇ ਹੋ KVK ਰੌਣੀ ਤੋਂ। ਹਾਂਜੀ, ਤੇ ਕਿੰਨੀ ਦੇਰ ਦੀ ਹੁੰਦੀ ਹੈ ਟ੍ਰੇਨਿੰਗ? ਤੇ ਸਰ ਇੱਕ ਹਫ਼ਤੇ ਦੀ ਟ੍ਰੇਨਿੰਗ ਸੀਗੀ ਸਾਡੀ, ਬਾਕੀ 3 ਦਿਨ ਦੀ, 1 ਹਫ਼ਤੇ ਦੀ ਟ੍ਰੇਨਿੰਗ ਦਾ ਤੁਹਾਨੂੰ ਸਰਟੀਫਿਕੇਟ ਵੀ ਦੇ ਦਿੰਦੇ ਆ, ਤੁਹਾਡਾ ਅੱਗੇ ਕੰਮ ਆ ਜਾਂਦਾ। ਤੇ ਬਾਕੀ 3 ਦਿਨ ਦੀ ਵੀ ਟ੍ਰੇਨਿੰਗ ਹੁੰਦੀ ਆ, 10 ਬੰਦੇ ਤੁਸੀਂ ਇਕੱਠੇ ਕਰੋ, ਟ੍ਰੇਨਿੰਗ ਲੈ ਲਓ 1 ਹਫ਼ਤੇ ਦੀ, ਉਹਦੇ ਨਾਲ ਤੁਹਾਨੂੰ PAU ਵੱਲੋਂ KVK ਦਾ ਜਿਹੜਾ ਸਰਟੀਫਿਕੇਟ ਵੀ ਮਿਲ ਜੂਗਾ। ਉਸ ਤੋਂ ਬਾਅਦ ਤੁਸੀਂ ਕਿਸਾਨ ਵੀਰ, ਜਿਵੇਂ ਆਪਣਾ ਘਰ ਦਾ ਮੰਨ ਲਓ, ਜਿਵੇਂ ਹੁਣ ਕਣਕ ਦਾ ਸੀਜ਼ਨ ਚੱਲ ਰਿਹਾ ਜਾਂ ਅੱਗੇ ਝੋਨੇ ਦਾ ਆਉਂਦਾ, ਅਤੇ ਉਹ ਸਿੱਧਾ ਜਿਵੇਂ ਉਹਨਾਂ ਨੇ ਆਪਣਾ ਘਰ ਦਾ ਬੀਜ ਰੱਖਣਾ ਹੋਵੇ ਉਸ ਦੇ ਵਿੱਚੋਂ ਹੀ, ਤਾਂ ਉਸ ਦੇ ਵਾਸਤੇ ਛੋਟਾ ਜਿਹਾ ਇੱਕ ਚੱਲਦੇ ਚੱਲਦੇ ਟਿਪਸ ਦਿਓ। ਹਾਂਜੀ, ਉਹਦੇ ਵਿੱਚੋਂ ਦੇਖੋ ਹੁਣ ਆਪਣਾ ਕਣਕ ਦਾ ਬੀਜ ਜਿਹੜਾ ਰੱਖਣਾ, ਪੂਰੀ ਪਕਾ ਕੇ ਵੱਢਣ, ਕੋਈ ਉੱਪਰੀ ਬੱਲੀ ਆ, ਕੋਈ ਉੱਪਰ ਆ, ਕੋਈ ਥੱਲੇ ਆ, ਕੋਈ ਜੌਂ ਦੀ ਆ, ਉਹਨੂੰ ਕੱਟ ਦੇਣ, ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਪੱਖਾ ਲਾ ਕੇ ਸੁਕਾ ਕੇ ਆਪਣੇ ਘਰ ਰੱਖ ਸਕਦੇ ਜੀ, ਕੋਈ ਦਿੱਕਤ ਨਹੀਂ ਹੈਗੀ ਕਣਕ ਦੇ ਬੀਜ ਦੇ ਵਿੱਚ ਰੱਖਣ 'ਚ। ਠੀਕ ਹੈ ਜੀ ਕਿਸਾਨ ਵੀਰੋ, ਇਹ ਸਨ ਵੀਰ ਅਮਰਜੀਤ ਖਹਿਰਾ, ਅਤੇ ਤੁਹਾਨੂੰ ਵੀ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ, ਗੱਲਬਾਤ ਵਧੀਆ ਲੱਗੀ ਹੋਵੇ, ਤੁਸੀਂ ਵੀ ਇੱਕ ਸਹਾਇਕ ਧੰਦੇ ਦੇ ਤੌਰ 'ਤੇ ਆਪਣੀ ਖੇਤੀ ਦੇ ਨਾਲ ਨਾਲ ਜਿਵੇਂ ਆਪਾਂ ਡੇਅਰੀ ਫਾਰਮਿੰਗ ਵਗੈਰਾ ਦਾ ਕਰਨ ਨਾਲ ਤੁਸੀਂ ਇਸ ਧੰਦੇ ਨੂੰ ਵੀ ਅਪਣਾ ਸਕਦੇ ਹੋ, ਅਤੇ ਬਕਾਇਦਾ ਜਿਵੇਂ ਇਹਨਾਂ ਨੇ ਜ਼ਿਕਰ ਕਰਿਆ ਡਾਕਟਰ ਜਸਵਿੰਦਰ ਸਿੰਘ ਜੀ KVK ਇਹ ਰੌਣੀ ਜਿਹੜੇ ਕਰ ਰਹੇ ਨੇ, ਸੰਭਾਲਦੇ ਨੇ ਸਾਰੇ ਕੰਮਕਾਜ ਨੂੰ, ਅਤੇ PAU ਲੁਧਿਆਣਾ ਦੀਆਂ ਵੱਖੋ ਵੱਖ ਥਾਵਾਂ 'ਤੇ ਜਿਹੜੇ ਹੋਰ KVK ਸੈਂਟਰ ਬਣੇ ਹੋਏ ਨੇ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ, ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਜਿਹੜੇ ਕੋਰਸ ਕਰ ਰਹੇ ਨੇ, ਪੜ੍ਹਾਈ ਕਰ ਰਹੇ ਨੇ, ਅਤੇ ਤਾਂ ਕਿ ਉਹਨਾਂ ਨੂੰ ਰੁਜ਼ਗਾਰ ਮਿਲੇ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ। ਅਤੇ ਇਹੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ।